ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਬਰਨਾਲਾ ਜ਼ਿਲ੍ਹੇ ਦੇ ਰਹਿਣ ਵਾਲੇ ਜੱਗੀ ਸਿੰਘ ਪੰਦੇਰ ਦੀ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਉਹ ਕਾਫੀ ਜ਼ਖਮੀ ਨਜ਼ਰ ਆ ਰਹੇ ਨੇ। ਜੱਗੀ ਬਾਬਾ 26 ਜਨਵਰੀ ਨੂੰ ਟਰੈਕਟਰ ਪਰੇਡ ਵਿੱਚ ਹਿੱਸਾ ਬਣੇ ਸਨ। ਜੱਗੀ ਸਿੰਘ ਨਾਲ ਟਰੈਕਟਰ ਪਰੇਡ ਵਿੱਚ ਸ਼ਾਮਲ ਸਾਥੀਆਂ ਨੇ ਉਸ ਦਿਨ ਵਾਪਰੀ ਘਟਨਾ ਨੂੰ ਕਿਸ ਤਰ੍ਹਾਂ ਬਿਆਨ ਕੀਤਾ ਤੁਸੀਂ ਵੀ ਸੁਣੋ। ਇਹ 26 ਤਰੀਕ ਦੀ ਘਟਨਾ ਜੀ, ਜਿਸ ਟਾਈਮ ਪਰੇਡ ਸ਼ੁਰੂ ਹੋਈ ਹੈ। ਅਸੀਂ 25 ਤਰੀਕ ਨੂੰ ਸਾਡੇ ਪਿੰਡੋਂ ਜਥਾ ਗਿਆ ਹੈਗਾ, ਉਹ ਜਥੇ ਦੇ ਵਿੱਚ ਮੈਂ ਵੀ ਸ਼ਾਮਲ ਸੀਗਾ, ਆਹ ਮੁੰਡਾ ਸ਼ਾਮਲ ਸੀ ਸਾਡੇ ਨਾਲ। ਇਹ ਪਹਿਲਾਂ 2 ਦਿਨ ਪਹਿਲਾਂ ਦੇ ਗਏ ਹੋਏ ਸੀਗੇ ਅਤੇ ਉਹ ਪਰੇਡ ਸ਼ੁਰੂ ਹੋਈ ਹੈ। ਜਦੋਂ ਸਾਡੇ 2 ਟਰੈਕਟਰ ਸੀ ਉਹਦੇ ਵਿੱਚ ਪਰੇਡ ਦੇ ਵਿੱਚ ਸ਼ਾਮਲ ਸੀਗੇ, ਇੱਕ ਟਰੈਕਟਰ ਸਾਡਾ ਅੱਗੇ ਸੀ, ਇੱਕ ਥੋੜ੍ਹਾ ਵਿੱਥੀ ਨਾਲ ਪਿੱਛੇ ਸੀਗਾ ਅਤੇ ਜੱਗੀ ਬਾਬਾ ਸਾਡੇ ਨਾਲ ਸੀ ਬਿਲਕੁਲ। ਜਦੋਂ ਅਸੀਂ ਅੱਗੇ ਸ਼ਾਂਤਮਈ ਚੱਲੀ ਜਾਂਦੇ ਹਾਂ, ਅੱਗੇ ਨਾਗਲੋਈ ਸਟੇਸ਼ਨ ਹੈ ਜੋ, ਉੱਥੇ ਬੈਰੀਗੇਟਿੰਗ ਕਰੀ ਹੋਈ ਸੀਗੀ। ਉੱਥੇ ਜੱਗੀ ਬਾਬਾ ਸਾਡੇ ਬਿਲਕੁਲ ਨਾਲ ਸੀਗਾ। ਅਸੀਂ ਜਦੋਂ ਉੱਥੇ ਜਾ ਕੇ ਦੇਖਿਆ ਤਾਂ ਬੈਰੀਗੇਟਿੰਗ 'ਤੇ 2 ਕੁ ਬੈਰੀਗੇਟ ਅੱਗੇ ਨੂੰ ਮੰਨ ਲਓ ਖੁੱਲ੍ਹੇ ਹੋਏ ਸੀ, 2 ਕੁ ਇੱਧਰ ਨੂੰ ਖੁੱਲ੍ਹੇ ਹੋਏ ਸੀ। ਜਿਹੜੇ ਵੀ ਉੱਥੇ ਸ਼ਰਾਰਤੀ ਅਨਸਰ ਜਾਂ ਪੁਲਿਸ ਵਾਲੇ ਜੋ ਵੀ ਸੀ, ਕੁਛ ਬੰਦੇ ਇੱਧਰ ਨੂੰ ਲਿਜਾ ਰਹੇ ਸੀ ਟਰੈਕਟਰਾਂ ਨੂੰ, ਕੁਛ ਬੰਦੇ ਇੱਧਰ ਨੂੰ ਲਿਜਾ ਰਹੇ ਸੀ। ਉਹ ਭਗਦੜ ਦੇ ਵਿੱਚ ਜਦੋਂ ਸਾਡਾ ਟਰੈਕਟਰ ਇੱਧਰ ਨੂੰ ਲੰਘਣ ਲੱਗਿਆ, ਸ਼ਾਂਤਮਈ ਤਰੀਕੇ ਨਾਲ ਸੀਗਾ, ਜਦੋਂ ਇੱਧਰ ਨੂੰ ਲੰਘਣ ਲੱਗਿਆ ਤਾਂ ਉਹਨਾਂ ਨੇ ਬਾਬੇ ਜੱਗੀ ਨੂੰ ਪਿੱਛੇ ਖਿੱਚ ਲਿਆ ਟਰੈਕਟਰ ਤੋਂ। ਜੋ ਵੀ ਸ਼ਰਾਰਤੀ ਅਨਸਰ ਸੀ, ਸ਼ਰਾਰਤੀ ਅਨਸਰ ਹੀ ਸੀਗੇ, ਕੁਛ ਪੁਲਿਸ ਵਾਲੇ ਸ਼ਾਮਲ ਸੀ ਉਹਨਾਂ ਨਾਲ, ਕੁਛ ਜੋ ਵੀ ਸੀਗਾ ਉਹਨਾਂ ਨੇ ਖਿੱਚ ਲਿਆ ਅਤੇ ਬਾਬੇ ਦੀ ਬਹੁਤ ਜ਼ਿਆਦਾ ਕੁੱਟਮਾਰ ਕੀਤੀ। ਅਤੇ ਸਾਡਾ ਟਰੈਕਟਰ ਇੱਧਰੋਂ ਰਸ਼ ਹੋਣ ਕਰਕੇ ਸਾਨੂੰ ਅੱਗੇ ਜਾ ਕੇ ਖੜਾਉਣਾ ਪਿਆ, ਨਹੀਂ ਅਸੀਂ ਉੱਥੇ ਵੀ ਖੜਾ ਸਕਦੇ ਸੀ ਟਰੈਕਟਰ। ਜੱਗੀ ਸਿੰਘ ਦੇ ਪਰਿਵਾਰ ਦੀ ਮਾਲੀ ਹਾਲਤ ਠੀਕ ਨਹੀਂ ਹੈ। ਪਰਿਵਾਰ ਨੇ ਦਿੱਲੀ ਪ੍ਰਸ਼ਾਸਨ 'ਤੇ ਜੱਗੀ ਸਿੰਘ ਨਾਲ ਕੁੱਟਮਾਰ ਕਰਨ ਦਾ ਇਲਜ਼ਾਮ ਲਾਇਆ ਹੈ। ਸੋਸ਼ਲ ਮੀਡੀਆ 'ਤੇ ਤਸਵੀਰਾਂ ਨੂੰ ਦੇਖ ਕੇ ਇਸ ਘਟਨਾ ਨੂੰ ਉਹਨਾਂ ਨੇ ਮੰਦਭਾਗਾ ਦੱਸਿਆ ਹੈ। ਇਹ ਤਾਂ 2 ਮਹੀਨੇ ਹੋ ਗਏ ਜੀ ਗਏ ਨੂੰ, ਅਤੇ ਵੀ ਉਹ ਸਾਨੂੰ ਤਾਂ ਨੈੱਟ 'ਤੇ ਹੀ ਪਤਾ ਲੱਗਿਆ, ਕੋਈ ਇੰਨੀ ਉਹਦੇ ਨਾਲ ਕੋਈ ਗੱਲਬਾਤ ਨਹੀਂ ਹੋਈ, ਵੀ ਗਾਹਾਂ ਨਹੀਂ ਗਾਹਾਂ ਦੇ ਹਿੱਕ ਆਏ ਅਸੀਂ ਤਾਂ ਸਾਹਮਣੇ, ਵੀ ਗਿਆ ਤਾਂ ਉਹ ਆਪਣੇ ਭਰੇ ਦੀ ਬਾਤ ਵੀ ਕੋਈ ਆਪਦਾ ਕੋਈ ਮੂੰਹ ਸਿਰ ਹੋ ਜੀ, ਵੀ ਆਪਦਾ ਕੋਈ ਇਹ ਲੜਾਈਆਂ ਲੜੂਈਆਂ ਬਾਤ ਤਾਂ ਗਿਆ ਨਹੀਂ ਸੀ ਉਹ, ਵੀ ਅਸੀਂ ਜੁਗਦੀ ਕਰਨਾ ਆਪਾਂ ਨੇ ਸੇਵਾ ਸੰਦਗੀ ਸੀ ਤਾਂ ਫਿਕਰ। ਹੁਣ ਪੁੱਤ ਮਾਵਾਂ ਨੂੰ ਫਿਕਰ ਹੀ ਹੁੰਦਾ, ਫਿਰ ਬਿਨਾਂ ਫਿਕਰ ਤੋਂ ਕੀ ਹੁੰਦੇ ਇਹ ਸਾਨੂੰ ਜੀ। 3-4 ਦਿਨ ਪਤਾ ਲੱਗਿਆ, 3 ਦਿਨ ਮੋਬਾਈਲਾਂ 'ਤੇ ਪਤਾ ਲੱਗਿਆ, ਸਾਡੇ ਕੋਲ ਮੋਬਾਈਲ ਹੈ ਨਹੀਂ ਇਹੋ ਜਿਹਾ, ਛੋਟੇ ਮੋਬਾਈਲਾਂ 'ਤੇ ਸਾਨੂੰ ਲੋਕਾਂ ਦੇ ਜਿਹੜਾ ਮੁੰਡੇ ਦਿਖਾਉਂਦੇ ਸਾਨੂੰ ਵੀਡੀਓ, ਅਸੀਂ ਉਹਨਾਂ 'ਤੇ ਦੇਖ ਲੈਂਦੇ ਹਾਂ ਵੀ ਬੜੀਆਂ ਸੱਟਾਂ ਲੱਗੀਆਂ ਨੇ ਜੀ। ਜਾਂਦਾ ਤਾਂ ਉਹ ਸੁੱਤੇ ਸੁਭਾਅ ਸੀ, ਮੂਹਰੇ ਲੜਾਈ ਹੋਈ ਜਾਂਦੀ ਸੀ, ਉਹਦੇ ਵਿੱਚ ਆ ਗਿਆ, ਉਹਦੇ ਵਿੱਚ ਆ ਗਿਆ, ਪੁਲਿਸ ਵਾਲਿਆਂ ਨੇ ਬਹੁਤ ਧੱਕਾ ਕਰਿਆ, ਜ਼ਿਆਦਾ ਕੁੱਟਿਆ, ਬਹੁਤ ਜ਼ਿਆਦਾ ਸਿਰ ਪਾੜਿਆ, ਉਹਦਾ ਬਹੁਤ ਜ਼ਿਆਦਾ ਡਾਂਗਾ ਨੇ। ਉਹ ਤਾਂ ਸ਼ਾਂਤਮਈ ਧਰਨੇ ਦੇ ਉੱਤੇ ਆ ਹੋਇਆ ਸੀ, ਜਿਹੜੇ ਪ੍ਰਸ਼ਾਸਨ ਵਾਲਿਆਂ ਨੂੰ ਰੋਟੀ ਖਵਾਈ ਹੈ ਉਹਨਾਂ ਨੇ ਡਾਂਗਾ ਨਾਲ ਧੱਕਾ ਕਰਿਆ, ਕੁੱਟਿਆ ਉਹ, ਅਤੇ ਉਹਨਾਂ ਬਾਹ 'ਤੇ ਬਹੁਤ ਮਤ ਪਾ ਗਈ ਗੱਲ ਹੈ। ਇੰਨੀ ਦੇਖਣਾ ਵੀ ਚਾਹੀਦਾ ਵੀ ਸਾਨੂੰ ਪ੍ਰਸ਼ਾਦਾ ਸਿਖਾਇਆ ਵੀ ਨੂਣਾ ਹਰਾਮ ਕਰਨਾ ਹੈ। ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਦਲਜਿੰਦਰ ਸਿੰਘ ਪੱਪੂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤੋਖ ਸਿੰਘ ਨੇ ਜੱਗੀ ਸਿੰਘ ਨੂੰ ਬੇਹੱਦ ਨਰਮ ਸੁਭਾਅ ਦਾ ਦੱਸਿਆ। ਉਹਨਾਂ ਕਿਹਾ ਕਿ ਜੱਗੀ ਸਿੰਘ ਇੱਕ ਗਰੀਬ ਪਰਿਵਾਰ ਤੋਂ ਹੈ ਅਤੇ ਪਹਿਲਾਂ ਹੀ ਦਿਨ ਤੋਂ ਗੁਰੂ ਨਾਲ ਜੁੜਿਆ ਹੋਇਆ ਹੈ। ਜਗਸੀਰ ਸਿੰਘ ਜੱਗੀ ਦੇਖੋ ਜੀ, ਜਨਮ ਤੋਂ ਲੈ ਕੇ ਹੀ ਨਸ਼ੇ ਪੱਤਿਆਂ ਤੋਂ ਰਹਿਤ ਇੱਕ ਗੁਰਸਿੱਖ ਧਾਰਨਾ ਦਾ ਬੱਚਾ ਹੈ ਅਤੇ ਸੰਤ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਨਾਲ ਕਾਰ ਸੇਵਾ ਦੇ ਵਿੱਚ ਜੁੜਿਆ ਹੋਇਆ ਬਹੁਤ ਸਮੇਂ ਤੋਂ, ਅਤੇ ਪੋਜ਼ਿਟਿਵ ਅੱਜ ਤੱਕ ਜੋ ਪਿੰਡ ਦੇ ਵਿੱਚ ਵੀ ਉਹਦਾ ਕਰੈਕਟਰ ਹੈ ਕਿਸੇ ਪੱਖੋਂ ਵੀ, ਨੌਜਵਾਨ ਬੱਚਾ, ਉਹ ਸਾਫ਼ ਸੁਥਰੇ ਅਕਸ਼ ਦਾ ਬੱਚਾ ਹੈ, ਉਹ ਬੱਚਾ ਜਨੂੰਨ ਦੇ ਵਿੱਚ, ਉਹ ਬੱਚਾ ਸੇਵਾ ਦੇ ਵਿੱਚ, ਜਿਸ ਤਰ੍ਹਾਂ ਇਹ ਕਾਲੇ 3 ਕਾਨੂੰਨ ਜਦੋਂ ਤੱਕ ਉਹਦੀ ਸਾਡੇ ਨਾਲ, ਰੋਜ਼ ਨਵੇਂ ਬੰਦੇ ਸਾਡੇ ਪਿੰਡ ਦੇ ਜਾਂਦੇ ਆ, ਉਹ ਲਗਾਤਾਰ ਹੀ ਉੱਥੇ ਹੈ, ਕਿਸੇ ਦਿਨ ਵੀ ਨਗਰ ਅੱਜ ਤੱਕ ਵੀ ਨਹੀਂ ਆਇਆ ਜਿਸ ਦਿਨ ਦਾ ਸੰਘਰਸ਼ ਲਾਗੂ ਹੈ। ਇੱਕ ਗਰੀਬ ਪਰਿਵਾਰ ਦਾ, ਮਜ਼੍ਹਬੀ ਸਿੱਖਾਂ ਦਾ ਬੱਚਾ, ਜਿਸ ਨੇ ਕਿ ਕੋਈ ਕਹਿੰਦਾ ਮੈਂ ਜ਼ਮੀਨ ਕਰਕੇ, ਇਸ ਕਰਕੇ ਉਹਦੇ ਵੀ ਦਿਲ ਦੀ ਇੱਛਾ ਹੈ, ਤੁਸੀਂ ਦੇਖਿਆ ਵੀ ਹੁਣ ਉਹ ਬੋਲ ਵੀ ਇਹੀ ਰਿਹਾ ਵੀ ਮੈਂ ਆਪਣਾ ਹੱਕ, ਅਸੀਂ ਆਪਣੇ ਹੱਕ ਦੀ ਰਾਖੀ ਖਾਤਰ, ਰਾਈਟ ਜਿਹੜੇ ਸਾਡੇ ਬਣਦੇ ਆ ਉਹ ਕਾਲੇ ਕਾਨੂੰਨ ਵਾਪਸ ਹੋਣ ਅਤੇ MSP ਦੀ ਗਾਰੰਟੀ ਹੋਵੇ, ਇਸ ਹੱਕ ਦੇ ਵਿੱਚ ਹੀ ਉਹ ਉੱਥੇ ਸੰਘਰਸ਼ ਦੇ ਵਿੱਚ। ਉਸ ਦਾ ਸੁਭਾਅ ਜੀ ਗੁਰਸਿੱਖੀ ਦਾ ਸੁਭਾਅ ਹੈ, ਬਿਲਕੁਲ ਗੁਰਸਿੱਖੀ ਤੋਂ 1 ਮਿੰਟ ਵੀ ਨਹੀਂ ਬਾਹਰ ਹੁੰਦਾ, ਕਿਉਂਕਿ ਸਾਡੇ ਕੋਲ ਉਹ 5 ਸਾਲ ਇੱਥੇ ਸੇਵਾ ਕਰਦਾ ਰਿਹਾ, ਉਸ ਤੋਂ ਬਾਅਦ ਕਾਰ ਸੇਵਾ ਨਾਲ ਸੇਵਾ ਕਰੀ ਆ ਉਹਨੇ। ਉਹਦਾ ਸੁਭਾਅ ਜਿਹੜਾ ਹੈਗਾ ਆਉਣ ਲੱਗਿਆ ਹੋਇਆ ਸੇਵਾ 'ਤੇ ਹੀ ਹੈ, ਉਹ ਸੇਵਾ ਹੀ ਚਾਹੁੰਦਾ ਕਿਤੇ ਵੀ ਮਿਲ ਜੇ ਉਹਨਾਂ ਨੂੰ। ਜੱਗੀ ਸਿੰਘ ਹੁਣ ਠੀਕ ਹਨ ਅਤੇ ਪਿੰਡ ਪਹੁੰਚ ਗਏ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਮੈਂ ਦਵਾਈ ਲੈ ਕੇ ਆਇਆ, ਪਿੰਡ ਪਹੁੰਚ ਗਿਆ, ਸਾਰਿਆਂ ਦੀ ਦਵਾਵਾਂ ਦਾ ਧੰਨਵਾਦ ਕਰਦੇ ਹਾਂ ਜੀ, ਸਹੀ ਸਲਾਮ ਤਾਂ ਚੜ੍ਹਦੀ ਕਲਾ ਜੀ। ETV ਭਾਰਤ ਨੇ ਜਦੋਂ ਦਿੱਲੀ ਪੁਲਿਸ ਨਾਲ ਰਾਬਤਾ ਕਾਇਮ ਕੀਤਾ ਤਾਂ ਉਹਨਾਂ ਅਜੇ ਕਿਸੇ ਵੀ ਘਟਨਾ ਦੀ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ। ਪਰ ਜੱਗੀ ਬਾਬਾ ਦੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।
ਬਰਨਾਲਾ ਤੋਂ ਏਟੀਵੀ ਭਾਰਤ ਲਈ ਲਖਵੀਰ ਚੀਮਾ ਦੀ ਰਿਪੋਰਟ।